ਤੇ ਬਾਬਿਓ ਇੱਥੇ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਬਾਬਿਓ ਆ ਦੇਖੋ ਸੰਦ ਕਿੱਡੇ ਕਿੱਡੇ ਸੰਦ ਨੇ ਕਿੱਡੇ ਕਿੱਡੇ ਸੰਦ ਲਾਈਟਾਂ ਜ਼ਰੂਰ ਲੱਗੀਆਂ ਹੋਣਗੀਆਂ ਅੰਦਰ ਇੱਦਾਂ ਹੀ ਅਤੇ ਲੌਕ ਲੱਗਿਆ ਹੋਊਗਾ ਮੰਨ ਕੇ ਚਲੋ ਸੱਟ ਨਹੀਂ ਲੱਗਿਆ ਹੈਗਾ ਇਹਨਾਂ ਦੇ ਗਲਾਸ ਇੱਦਾਂ ਹੀ ਰਹਿੰਦੇ ਨੇ ਆਪਣੇ ਤਾਂ ਭੈਣ ਚਲੋ ਉਹਦੀ ਮਾਰ ਕੇ ਇੱਟ ਸਾਰਾ ਕੁਛ ਭੰਨ ਕੇ ਲੈ ਜਾਣ ਕੱਢ ਕੇ ਪਰ ਇਹਦੇ ਵਿੱਚ ਕਹਿੰਦੇ ਸਿੱਕਾ ਪਾ ਕੇ ਗਦਰ ਫੜਾਉਂਦੀ ਦੀ ਹੈ ਬਾਬੇ ਉਹ ਰੋਟੀਆਂ ਏਦਾਂ ਮਿਲਦੀਆਂ ਨੇ ਰੋਟੀਆਂ ਪੈਕਟਾਂ ਦੇ ਵਿੱਚ ਬੰਦ ਹੁੰਦੀਆਂ ਨੇ ਇਹਨਾਂ ਨੂੰ ਗਰਮ ਕਰਕੇ ਖਾਣੀਆਂ ਪੈਂਦੀਆਂ ਜੇ ਹੈ ਉਹ ਯੂਨੀਵਰਸਿਟੀ ਜਹਾਂ ਪੇ ਮਹਾਤਮਾ ਗਾਂਧੀ ਜੀ ਪੜ੍ਹੇ ਤੇ ਆਏ ਪਲੱਸ ਟੂ ਜਹਾਂ ਪਰ ਆ ਕੇ ਕੀ ਥੀ ਬਾਬਿਓ ਅਜ਼ਰਬਾਈਜਾਨ ਪਹੁੰਚ ਚੁੱਕੇ ਆ ਅਜ਼ਰਬਾਈਜਾਨ ਬਾਕੂ ਬਾਬੇ ਉਹ ਬਹੁਤ ਹੀ ਵੱਡਾ ਪੋਲਾ ਬਾਬੇ ਨਿੱਕੀਆਂ ਨਿੱਕੀਆਂ ਤੁਹਾਨੂੰ ਗੱਡੀਆਂ ਜਾਂਦੀਆਂ ਦਿਖਣਗੀਆਂ ਲਓ ਬਾਬਿਓ ਜੀ ਇਹਦੇ ਵਿੱਚ ਕਹਿੰਦੇ ਸਿੱਕਾ ਪਾ ਕੇ ਗਦਰ ਫੜਾਉਂਦੀ ਦੀ ਹੈ ਕਿਉਂ ਸਣੀ ਨਾਲ ਪਟ ਰਿਹਾ ਨਲਕਾ ਹੋਏ ਕੀ ਕਰੀ ਜਾਂਦਾ ਦੇਖਿਆ ਬਾਬੇ ਕੁਛ ਹੈ ਮਜ਼ਾ ਖਰਾਬ ਲੱਗਦੀ ਹੈ ਬਾਬੇ ਖਰਾਬ ਹੈ ਸਟੂਡੀਓ ਬਣਿਆ ਖਰਾਬ ਹੈ ਇਹਦਾ ਬਈ ਰੁਪਿਆ ਮੋੜੋ ਸਾਡਾ ਇਹਦਾ ਗਲਤ ਗੱਲ ਕਿੱਥੋਂ ਨਿਕਲੂ ਏ ਚੱਲ ਪਿਆ ਚੱਲ ਪਿਆ ਕੰਮ ਚੱਲ ਪਿਆ ਓਏ ਕਿਉਂ ਓਏ ਕੀ ਵੱਡਾ ਦੇਖਾ ਮਾੜਾ ਮਾੜਾ ਮੰਮੀ ਉਹ ਬੰਦਾ ਦੇ ਯਾਰ ਦਾ ਇੱਥੇ ਤੇ ਕੋਈ ਦਿਖ ਨਹੀਂ ਹੁੰਦਾ ਕਾਣਾ ਜਿਹਾ ਸਾਰਾ ਕੁਝ ਦੇਖਦਾ ਨਾਲੇ ਕਾ ਦਿਖੀ ਜਾਂਦਾ ਹਟ ਗਿਆ ਹੋਊਗਾ ਦਿਖੀ ਤੱਕ ਨਾ ਪਿੰਡ ਦਿਖਿਆ ਚੱਲਦਾ ਕਿ ਨਹੀਂ ਉੱਪਰ ਹੋ ਜਾ ਮਾੜਾ ਓਏ ਉਹ ਸਾਡੀ ਮੋਟਰ ਮਾੜਾ ਹੋ ਜਾ ਪਰ ਹੁਣ ਉਹ ਉੱਪਰਲੀ ਮਾਜੇ ਦੇ ਦੇਖਦੀ ਨਹੀਂ ਗਈ ਇਹ ਜੀ ਨਹੀਂ ਕੋਈ ਦਿਖਦਾ ਕਿਉਂਕਿ ਯਾਰ ਉਹ ਉੱਪਰਲੀ ਮਾਜੇ ਦੇ ਕਹਾਣੀ ਮਾਨਦਾ ਆਨੰਦਪੁਰ ਸਾਹਿਬ ਕਰਨਾ ਦਾ ਗੋਲੀ ਵਾਲਾ ਬੰਦਾ ਠੰਡ ਪਾ ਬਾਬੇ ਉਹ ਆਹ ਸਾਰੀ ਆਈਟਮਾਂ ਇਹਦੇ ਵਿੱਚ ਹੋਣਗੀਆਂ ਜਿਹੜੀਆਂ ਜਿਹੜੀਆਂ ਮਰਜ਼ੀ ਆਈਟਮਾਂ ਪਵਾ ਲਓ ਤੁਸੀਂ ਇਹਦੇ ਵਿੱਚ ਤੇ ਆਹ ਠੀਕ ਹੈ ਤੁਰ ਤੱਕ ਆਲੂ ਜੀ ਖਵਾਉਂਦੇ ਨੇ ਬਾਬੇ ਉਹ ਬਾਬਿਓ ਗਰੀਸ ਦਾ ਗੇਟ ਆ ਗਿਆ ਬਾਬੇ ਬਾਹਲੀ ਸਖਤਾਈ ਆ ਬਾਬੇ ਲੰਘਣ ਨਹੀਂ ਦਿੰਦੇ ਗਾਹਾਂ ਜਮੀ ਇਦੂ ਬਾਅਦ ਗਰੀਸ ਸ਼ੁਰੂ ਹੈਗਾ ਬਾਬੇ ਆ ਦੇਖ ਲਿਖਿਆ ਵੀ ਹੋਇਆ ਇਹਨਾਂ ਨੇ ਜਾਣ ਨਹੀਂ ਦਿੰਦੇ ਬਾਬੇ ਬਾਹਲੀ ਸਖਤਾਈ ਆ ਸਾਹਮਣੇ ਗਰੀਸ ਸ਼ੁਰੂ ਹੁੰਦਾ ਗੇਟ ਇਹ ਬਾਬੇ ਦੁਪਹਿਰੇ ਇੱਕ ਘੰਟਾ ਖੋਲਦੇ ਸਾਨੂੰ ਗਰੀਸ ਦਿਖਾ ਦਿੰਦੇ ਤੁਸੀਂ ਅਨਾਥਨ ਹੋ ਗਿਆ ਗੱਲ ਕਰ ਆਰਮੀ ਲੱਗੀ ਆ ਸਖਤਾਈ ਵਾਲੀ ਆ ਬਾਬੇ ਆਪਣੇ ਵਾਲਿਆਂ ਦਾ ਖਾਸ ਕਰਕੇ ਨੇੜੇ ਤੇੜੇ ਖੰਘਣ ਨਹੀਂ ਦਿੰਦੇ ਤਾਂ ਸਾਨੂੰ ਬਾਈ ਲੈ ਆਇਆ ਇੱਥੇ ਸਿਫਾਰਸ਼ ਕਰਕੇ ਬਾਬਿਓ ਇਹ ਇਸਤਾਨਬੁਲ ਦਾ ਏਅਰਪੋਰਟ ਹੈ
ਸਮੁੰਦਰੀ ਏਅਰਪੋਰਟ ਮੰਨਣਗੇ। ਚਲੋ ਇੱਥੇ ਸਮੁੰਦਰੀ ਜਹਾਜ਼ ਇੱਥੋਂ ਬਾਬੇ ਅਮਰੀਕਾ ਤੱਕ ਜਾਂਦੇ ਨੇ, ਜਿਨ੍ਹਾਂ ਦੀ ਸੈਟਿੰਗ ਹੁੰਦੀ ਹੈ ਬਾਬੇ ਇੱਥੋਂ ਵੀ ਡੌਂਕੀ ਲੱਗਦੀ ਹੈਗੀ। ਬਹੁਤ ਲੋਕ ਇੱਥੋਂ ਸ਼ੈਣੀਗਣ ਕੰਟਰੀਆਂ ਵਿੱਚ ਐਂਟਰ ਕਰਦੇ ਨੇ। ਇਹ ਸਮੁੰਦਰੀ ਜਹਾਜ਼ ਇੱਥੋਂ ਬਾਬੇ ਬਹੁਤ ਦੂਰ ਦੂਰ ਤੱਕ ਜਾਂਦੇ ਨੇ, ਬਹੁਤ ਲੋਕਾਂ ਦੀ ਇੱਥੋਂ ਵੀ ਸੈਟਿੰਗ ਹੋ ਕੇ ਜਾਂਦੀ ਹੈ। ਪਰ ਇਹਦੇ ਵਿੱਚ ਖਤਰਾ ਹੁੰਦਾ, ਨਹੀਂ ਪਤਾ ਤੁਹਾਨੂੰ ਕਿਹੜੇ ਵੇਲੇ ਸਮੁੰਦਰ 'ਚ ਛਿੱਟ ਜਾਣ। ਇਹ ਨਾ ਸੋਚੇ ਵੀ ਅਸੀਂ ਅਜ਼ਰਬਾਈਜਾਨ ਬਾਕੂ ਦੇ ਵਿੱਚ ਵੱਗ ਗਏ ਬਾਬੇ, ਹਜੇ ਅਸੀਂ ਤੁਰਕੀ ਦੇ ਵਿੱਚ ਹੀ ਹਾਂ ਇਸਤਾਨਬੁਲ। ਇੱਥੋਂ ਹੀ ਸਮੁੰਦਰੀ ਜਹਾਜ਼ ਰਾਹੀਂ ਬਹੁਤ ਤਰ੍ਹਾਂ ਦੀ ਡੌਂਕੀ ਲੱਗਦੇ ਨੇ, ਮੈਨੂੰ ਡੌਂਕੀ ਵਾਲੇ ਬੰਦੇ ਸਾਰੇ ਕਿਤੇ ਮਿਲਦੇ ਨੇ। ਅਤੇ ਕੋਈ 6 ਮਹੀਨੇ ਤੋਂ ਬੈਠਾ, ਕੋਈ 2 ਮਹੀਨੇ ਤੋਂ ਬੈਠਾ, ਕੋਈ 5 ਦਿਨਾਂ ਤੋਂ ਬੈਠਾ, ਅਲੱਗ ਅਲੱਗ ਬਹੁਤ ਕੁਛ ਹੈ ਬਾਬੇ। आज हम तुम्हें तुर्की का सारा दूर से दृश्य दिखाएंगे। देखिए देखिए, ये है वो यूनिवर्सिटी जहाँ पे महात्मा गांधी जी पढ़े थे, एक प्लस टू जहाँ पर आके की थी नॉन मेडिकल के साथ, ये वही यूनिवर्सिटी है। ਇਸਤਾਨਬੁਲ ਦੇ ਵਿੱਚ ਸਭ ਤੋਂ ਮੇਨ ਗੱਲ, ਇੱਥੇ ਮਸਜਿਦਾਂ ਪੁਰਾਣੀਆਂ ਬਹੁਤ ਨੇ, ਬਹੁਤ ਹੀ ਪੁਰਾਣੀਆਂ ਮਸਜਿਦਾਂ ਨੇ ਅਤੇ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਪੁਰਾਣੇ ਟਾਈਮ ਦੀਆਂ। ਅਤੇ ਇਸ ਕਰਕੇ ਇੱਥੇ ਦੂਰੋਂ ਦੂਰੋਂ ਫਿਲਮਾਂ ਦੀ ਬਹੁਤ ਜ਼ਿਆਦਾ ਸ਼ੂਟਿੰਗ ਹੁੰਦੀ ਹੈ ਅਤੇ ਇਹ ਚੀਜ਼ਾਂ ਦੇਖਣ ਆਉਂਦੇ ਨੇ ਬਾਬੇ, ਇਹ ਇਕੱਲੀਆਂ ਇਸਤਾਨਬੁਲ ਦੇ ਵਿੱਚ ਹੀ ਨੇ। ਬਾਬੇ ਉਹ ਅੱਜ ਤੁਰਕੀ ਤੋਂ ਵਾਪਸੀ ਹੈ ਬਾਬੇ, ਉਹ ਏਅਰਪੋਰਟ ਪਹੁੰਚ ਚੁੱਕੇ ਆ। ਅਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰੀ ਦੱਸਣਾ ਚਾਹੁੰਦਾ ਹੈਗਾ, ਤੁਰਕੀ ਦੇ ਵਿੱਚ ਇਸਤਾਨਬੁਲ ਦੇ ਵਿੱਚ 2 ਏਅਰਪੋਰਟ ਨੇ, ਦੋਨੋਂ ਇੰਟਰਨੈਸ਼ਨਲ ਨੇ। ਕੱਢ ਲਿਆ ਬੈਗ ਬਾਬੇ, ਕੱਢ ਲਿਆ। ਕਿਉਂ, ਕਿਹੜਾ ਏਅਰਪੋਰਟ ਸੀ, ਤਾਂ ਨਾਂ ਕੀ ਸੀ? ਹੈ ਸਬੀਆ, ਸਬੀਆ ਏਅਰਪੋਰਟ। ਚਲੋ ਜੀ ਚਲੋ, ਸਬੀਆ ਏਅਰਪੋਰਟ ਪਹੁੰਚ ਗਏ ਬਾਬੇ ਹੋ, ਮਿਲਣਾ ਵਾਲੀਆਂ ਸੋਹਣੀਆਂ ਨੇ ਇਸਤਾਨਬੁਲ ਤੁਰਕੀ ਦੀਆਂ। ਹੁਸਨ ਤਾਂ ਬਾਬੇ ਬੜਾ, ਪਰ ਹੁਸਨ ਦਾ ਕੀ ਕਰਾਂਗੇ, ਕੋਈ ਝਾਕਦੀ ਤਾਂ ਹੈ ਨਹੀਂ। ਇਹੋ ਜਿਹੇ ਹੁਸਨ ਨੂੰ ਚੱਟਣਾ ਭੈਣ ਚੋ, ਜਿਹੜੀ ਅੱਖ ਨਾਲ ਅੱਖੀ ਨਾ ਮਿਲਾਵੇ। ਸਿਗਟਾਂ ਤੇ ਸਿਗਟਾਂ ਚੱਲਦੀਆਂ ਨੇ ਇੱਥੇ, ਬੀੜੀਆਂ ਵਾਲੀਆਂ ਪੀਂਦੀਆਂ ਨੇ। ਲਓ ਬਾਬੇ ਉਹ ਅਜ਼ਰਬਾਈਜਾਨ ਬਾਕੂ 'ਚ ਪਹੁੰਚ ਗਏ, ਬਾਕੂ 'ਚ। ਇਹ ਆ ਬਾਕੂ ਦਾ ਏਅਰਪੋਰਟ। ਆਜਾ ਬਾਬੇ। ਬਾਬੇ ਉਹ ਅਜ਼ਰਬਾਈਜਾਨ ਪਹੁੰਚ ਚੁੱਕੇ ਆ, ਅਜ਼ਰਬਾਈਜਾਨ ਬਾਕੂ ਜਿਹਨੂੰ ਕਹਿੰਦੇ ਨੇ ਬਾਕੂ ਬਾਬੇ ਉਹ। ਤੇ ਤੁਰਕੀ ਨਾਲੋਂ ਬਾਬੇ ਫਰਕ ਆ ਨਾ, ਬਹੁਤ ਸੋਹਣੀ ਕੰਟਰੀ ਆ ਬਾਬੇ। ਬਾਬੇ ਉਹ ਤੁਰਕੀ ਨਾਲੋਂ ਬਾਹਲਾ ਫਰਕ ਆ, ਤੁਰਕੀ ਤਾਂ ਮੇਰੇ ਸਾਲੇ ਚੋਰ, ਨਾ ਕੋਈ ਚੱਜ ਦੀ ਗੱਲ ਕਰਨ, ਮੇਰੇ ਪੁੱਠੇ ਹੀ ਬੋਲਦੇ ਨੇ, ਨਾ ਬੁਲਾਉਣ। ਇੱਥੋਂ ਦਾ ਬਹੁਤ ਵਧੀਆ ਲੱਗਾ, ਹਜੇ ਅਸੀਂ ਅੱਜ ਹੀ ਆਏ ਹਾਂ, ਰਾਤ ਹੀ ਆਏ ਹਾਂ, ਅਤੇ ਸਟਾਰਟ ਕਰੀਏ ਹਜੇ ਪਹਿਲਾਂ ਬਲੌਗ ਬਣਾਉਣਾ। ਅਤੇ ਬਾਕੀ ਗੱਲਬਾਤ ਦੱਸਦਾ ਤੁਹਾਨੂੰ ਮੈਂ। ਅਤੇ ਬਾਬੇ ਇੱਥੇ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ, 80-70% ਕੁੜੀਆਂ ਨੇ ਅਤੇ 30% ਮੁੰਡੇ ਨੇ ਬਾਕੂ ਦੇ ਵਿੱਚ, ਆਪਣਾ ਅਜ਼ਰਬਾਈਜਾਨ। ਅਜ਼ਰਬਾਈਜਾਨ ਕੰਟਰੀ ਹੈ, ਅਰਮੀਨੀਆ ਜੋਰਜੀਆ ਦੇ ਨਾਲ ਹੈਗੀ, ਠੀਕ ਹੈ। ਅਤੇ ਤੁਰਕੀ ਤੋਂ ਇੱਕ ਕੰਟਰੀ ਅਰਮੀਨੀਆ ਛੱਡ ਕੇ, ਅਤੇ ਅਗਲੀ ਕੰਟਰੀ ਅਜ਼ਰਬਾਈਜਾਨ ਹੈਗੀ, ਅਤੇ ਬਾਕੂ ਇਹਨਾਂ ਦੀ ਰਾਜਧਾਨੀ ਹੈ। ਅਤੇ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਇੱਥੇ। ਅਤੇ ਬਾਕੀ ਬਾਬੇ ਉਹ ਤੁਹਾਨੂੰ ਮੈਂ ਹੋਟਲ ਦਿਖਾਉਣਾ ਜਿਹੜੇ ਅਸੀਂ ਬੁੱਕ ਕਰਿਆ ਗਾ, ਅਤੇ ਉਹ ਹੋਟਲ ਦਿਖਾਉਣਾ ਤੁਹਾਨੂੰ, ਮੈਂ ਇੱਕ ਮਿੰਟ ਚੈੱਕ ਕਰਿਓ ਬਾਬੇ। ਉਹ ਆਹ ਹੋਟਲ ਬੁੱਕ ਕਰਿਆ ਸੀ, ਮਾਰਕ ਹੋਟਲ ਹੈਗਾ ਬਾਬੇ ਉਹ। ਇਹਦਾ ਰੂਮ ਦਾ ਰੈਂਟ ਹੈਗਾ ਬਾਬੇ ਉਹ 2400 ਰੁਪਇਆ ਪਰ ਡੇ। ਇਹ ਬਾਬੇ ਅਸੀਂ ਆਉਣ ਸਾਰ ਹੀ ਬੁੱਕ ਕਰਿਆ, ਮਤਲਬ ਕਿ ਇਹ ਐਂ ਨਹੀਂ ਹੈਗਾ ਅਸੀਂ ਵੀ ਪਿੰਡ ਹੀ ਬੁੱਕ ਕਰਿਆ। ਜੇ ਅਸੀਂ ਪਿੰਡ ਬੁੱਕ ਕਰਦੇ ਤਾਂ ਘੱਟੋ ਘੱਟ ਸਾਨੂੰ 1800-1500 ਦਾ ਮਿਲ ਜਾਂਦਾ ਕਮਰਾ। ਇਹ ਬਿਲਕੁਲ ਜਮਾ ਐਂਡ ਅਸੀਂ ਮੌਕੇ 'ਤੇ ਆ ਕੇ ਬੁੱਕ ਕਰਿਆ, ਅਤੇ
ਤਾਂ ਕਰਕੇ ਬਾਬੇ ਸਾਨੂੰ ਇਹ ਥੋੜ੍ਹਾ ਜਿਹਾ ਫਿਰ ਵੀ ਇੰਨਾ ਬਾਹਲਾ ਰੇਟ ਵੀ ਨਹੀਂ ਪਿਆ ਮੇਰੇ ਹਿਸਾਬ ਨਾਲ ਜੇ ਸੋਚਿਆ ਜਾਵੇ ਇੱਕ ਜਣੇ ਦਾ 1200 ਰੁਪਇਆ ਪਿਆ ਮਾਰਕ ਹੋਟਲ ਆ ਜਮਾਂ ਸਿਰਾ ਲੋਕੇਸ਼ਨ 'ਚ ਆਹ ਹੋਟਲ ਆ ਬਾਬੇ ਜੀ ਕਈ ਵਾਰ ਤੁਸੀਂ ਬੁੱਕ ਵੀ ਕਰਨਾ ਹੋਵੇ ਇਹ ਹੋਟਲ ਆ ਠੀਕ ਆ ਅਤੇ ਬਹੁਤ ਵਧੀਆ ਰੂਮ ਨੇਗੇ ਅਤੇ ਬਾਜ਼ਾਰ ਦੇ ਵਿੱਚ ਆ ਜਮਾਂ ਸੈਂਟਰ ਦੇ ਵਿੱਚ ਹੈ ਅਤੇ ਬਾਕੀ ਜਿਹੜੀ ਇੱਥੋਂ ਦੀਆਂ ਲੋਕੇਸ਼ਨਾਂ ਨੇ ਹੋਰ ਗੱਲਾਂ ਬਾਤਾਂ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਇਆ ਤੁਹਾਨੂੰ ਹੋਟਲ ਦਿਖਾ ਲਈਏ ਕਰਾਂ ਲਓ ਬਾਬੇ ਤੁਹਾਨੂੰ ਹੋਟਲ ਦੇ ਵਿੱਚ ਲੈ ਚੱਲੀਏ ਅਤੇ ਬਾਬੇ ਜਿਹੜਾ ਤੁਰਕੀ ਦੇ ਵਿੱਚ ਸੀ ਉੱਥੇ ਕੋਈ ਨਾ ਬੰਦਾ ਬੁਲਾਵੇ ਨਾ ਤੁਹਾਨੂੰ ਕੁੜੀ ਬੁਲਾਵੇ ਰੁੱਖਾਂ ਹੀ ਝਾਕਦੀ ਹੈ ਅਤੇ ਤੁਹਾਨੂੰ ਕੁੜੀਆਂ ਹੱਸ ਕੇ ਬੁਲਾਉਣਗੀਆਂ ਤੁਹਾਡਾ ਮਨੋਰੰਜਨ ਪੂਰਾ ਹੁੰਦਾ ਬਾਬੇ ਉਹ ਅਤੇ ਅਸੀਂ ਬਾਬੇ 4 ਦਿਨਾਂ ਵਾਸਤੇ ਬੁੱਕ ਕਰਿਆ ਸੀਗਾ ਇੱਕ ਹੋਟਲ ਅਤੇ ਸਾਨੂੰ ਤਾਂ ਠੀਕ ਲੱਗਿਆ ਬਾਬੇ ਉਹ ਬਾਕੀ ਤੁਸੀਂ ਆਪ ਵੀ ਬੁੱਕ ਕਰ ਸਕਦੇ ਹੋ ਤੁਸੀਂ ਜਿਹੜਾ ਤੁਹਾਡੇ ਹਿਸਾਬ ਨਾਲ ਸਹੀ ਲੱਗੇ ਚੌਵੀ 2500 ਦਾ ਕਮਰਾ ਪਿਆ ਬਾਬੇ ਮੰਨ ਕੇ ਚਲੋ ਆਪਣਾ 1200 ਪਰ ਇੱਕ ਬੰਦੇ ਦਾ ਮੰਨ ਕੇ ਚਲੋ ਆ ਬਾਬੇ ਲੈਟਰਨ ਬਾਥਰੂਮ ਹੈ ਓਕੇ ਆ ਕੰਮ ਜਮਾਂ ਆ ਬੈੱਡ ਆ ਬਾਬੇ ਰੂਮ ਘੈਂਟ ਹੈ ਇੱਧਰ ਵਿਊ ਵੀ ਦਿਖਦਾ ਹਾਂ ਅਤੇ ਬਾਕੀ ਦੀ ਗੱਲਬਾਤ ਤੁਹਾਨੂੰ ਸਾਰੀ ਗੱਲਬਾਤ ਅੱਗੇ ਜਾ ਕੇ ਦੱਸਾਂਗੇ ਅਤੇ ਇਹਦਾ ਵੀਜ਼ਾ ਕਈ ਵਾਰ ਬੰਦੇ ਪੁੱਛਣਗੇ ਵੀ ਅਜ਼ਰਬਾਈਜਾਨ ਜੇ ਤੁਸੀਂ ਆਉਣਾ ਵੀ ਅਜ਼ਰਬਾਈਜਾਨ ਤੁਸੀਂ ਸਪੈਸ਼ਲ ਅਜ਼ਰਬਾਈਜਾਨ ਨਹੀਂ ਆਉਣਾ ਜੇ ਤੁਸੀਂ ਆਉਣਾ ਤਾਂ ਜੇ ਤੁਹਾਡਾ ਤੁਰਕੀ ਦਾ ਵੀਜ਼ਾ ਲੱਗਿਆ ਤਾਂ ਤੁਸੀਂ ਉਹਦੇ ਨਾਲ ਕਰ ਸਕਦੇ ਹੋ ਜੇ ਤੁਸੀਂ ਨਹੀਂ ਵੀ ਆਪਣਾ ਤੁਰਕੀ ਦਾ ਵੀਜ਼ਾ ਨਹੀਂ ਲੱਗਿਆ ਤਾਂ ਤੁਸੀਂ ਘੱਟੋ ਘੱਟ 3 ਕੰਟਰੀਆਂ ਦਾ ਕਰੋ ਦੁਬਈ ਦਾ ਕਰ ਲਓ ਓਮਾਨ ਦਾ ਕਰ ਲਓ ਅਤੇ ਅਜ਼ਰਬਾਈਜਾਨ ਦਾ ਕਰ ਲਓ ਕਿਉਂਕਿ 3 ਕੰਟਰੀਆਂ ਟ੍ਰਿਪ ਇਕੱਠਾ ਸਸਤਾ ਪੈ ਜਾਂਦਾ ਹੁੰਦਾ ਜੇ ਤੁਸੀਂ ਇੱਕ ਕੰਟਰੀ ਇਕੱਲਾ ਘੁੰਮ ਕੇ ਆਉਂਗੇ ਤਾਂ ਤੁਹਾਨੂੰ ਮਹਿੰਗਾ ਪੈਂਦਾ ਮੈਂ ਜਦੋਂ ਵੀ ਜਾਂਦਾ ਮੈਂ 3 ਕੰਟਰੀ ਸਟੇਅ ਕਰਕੇ ਆਉਣਾ ਦੇਖੋ ਪਹਿਲਾਂ ਗਿਆ ਸੀਗਾ ਮੈਂ ਸਿੰਗਾਪੁਰ ਮਲੇਸ਼ੀਆ ਇੰਡੋਨੇਸ਼ੀਆ 3 ਕੰਟਰੀਆਂ ਸਟੇਅ ਕਰਕੇ ਆ ਠੀਕ ਹੈ ਫਿਰ ਦੂਸਰੀ ਵਾਰ ਗਿਆ ਥਾਈਲੈਂਡ ਕੰਬੋਡੀਆ ਵੀਅਤਨਾਮ ਇਹ ਵੀ 3 ਕੰਟਰੀਆਂ ਕਿਉਂਕਿ ਇੱਕ ਕੰਟਰੀ ਦਾ ਵੱਧ ਪੈਸੇ ਲੱਗਦੇ ਨੇ ਜੇ 3 ਕੰਟਰੀਆਂ ਕਰੋਗੇ ਤਾਂ ਘੱਟ ਲੱਗਣਗੇ ਹੁਣ ਇਸ ਵਾਰ ਤੁਰਕੀ ਪਹਿਲਾਂ ਤੁਰਕੀ ਸਟੇਅ ਕਰਕੇ ਆਏ ਅਤੇ ਹੁਣ ਅਜ਼ਰਬਾਈਜਾਨ ਇਸ ਤੋਂ ਬਾਅਦ ਦੁਬਈ 3 ਕੰਟਰੀਆਂ ਹੋਣਗੀਆਂ 3 ਕੰਟਰੀਆਂ ਤੁਸੀਂ ਘੱਟੋ ਘੱਟ ਤੁਸੀਂ ਜਿਹੜਾ ਵੀ ਪਲਾਨ ਬਣਾਉਣਾ 3 ਕੰਟਰੀਆਂ ਮੈਚ ਕਰਦੀਆਂ ਜਿਵੇਂ ਸਿੰਗਾਪੁਰ ਜਾਣਾ ਮਲੇਸ਼ੀਆ ਅਤੇ ਇੰਡੋਨੇਸ਼ੀਆ 15 ਦਿਨਾਂ ਦਾ ਟ੍ਰਿਪ ਕੱਢੋ ਤੁਹਾਡਾ 1,00,000 ਜਾਂ 1,20,000 ਰੁਪਇਆ ਲੱਗੂ 3 ਕੰਟਰੀਆਂ ਦਾ ਜੇ ਤੁਸੀਂ ਇਕੱਲਾ ਸਿੰਗਾਪੁਰ ਜਾਣਾ ਤੁਹਾਡਾ 70,000-80,000 ਲੱਗ ਜੂ ਥੋੜ੍ਹਾ ਜਿਹਾ ਫਰਕ ਪੈਂਦਾ ਹੁੰਦਾ ਜੇ ਤੁਸੀਂ ਥਾਈਲੈਂਡ ਜਾਣਾ ਤਾਂ ਕੰਬੋਡੀਆ ਅਤੇ ਵੀਅਤਨਾਮ 3 ਇਹ ਕੰਟਰੀਆਂ ਕੱਢ ਲਓ ਜੇ ਤੁਹਾਡਾ ਤੁਰਕੀ ਦਾ ਵੀਜ਼ਾ ਲੱਗਾ ਅਜ਼ਰਬਾਈਜਾਨ ਦੁਬਈ ਇਹ ਕਰ ਲਓ ਠੀਕ ਹੈ ਅਤੇ ਬਾਕੀ ਗੱਲ ਬਸ ਹੁਣ ਅੱਗੇ ਜਾ ਕੇ ਦੱਸਦੇ ਹਾਂ ਬਾਬਿਓ ਸਭ ਤੋਂ ਪਹਿਲਾਂ ਅਸੀਂ ਆਉਣ ਸਾਰ ਬਾਬਿਓ ਆਪਦੀ ਕਰੰਸੀ ਚੇਂਜ ਕਰਾਈ ਹੈ ਮੰਨਤ ਇੱਥੋਂ ਦੀ ਕਰੰਸੀ ਦਾ ਨਾਮ ਹੈ ਮੰਨਤ ਅਜ਼ਰਬਾਈਜਾਨ ਦੀ ਕਰੰਸੀ ਦਾ ਨਾਮ ਅਤੇ ਆਪਣੇ 48 ਰੁਪਈਆਂ ਦਾ ਇੱਕ ਮੰਨਤ ਬਣਦਾ ਇੱਧਰਲਾ ਆਪਣੇ 48 ਰੁਪਈਆਂ ਦਾ ਇੱਕ ਮੰਨਤ ਮਹਿੰਗਾਈ ਇੰਨੀ ਹਜੇ ਪਤਾ ਨਹੀਂ ਕਿੰਨੀ ਕੁ ਆ ਬਾਕੀ ਤੁਹਾਨੂੰ ਦੇਖ ਕੇ ਦੱਸਾਂ ਮਹਿੰਗਾਈ ਕਿੰਨੀ ਕੁ ਹੈ ਤੁਰਕੀ ਦਾ ਬਹੁਤ ਜ਼ਿਆਦਾ ਮਹਿੰਗਾਈ ਸੀ ਹੱਦ ਤੋਂ ਜ਼ਿਆਦਾ ਅਤੇ ਮੈਂ ਤੁਹਾਨੂੰ ਮੰਨਤ ਦਿਖਾਉਣਾ ਇਹ ਮੰਨਤ ਨਹੀਂ ਬਾਬੇ ਉਹ ਅਸੀਂ $200 ਦੇ ਲਿੱਤੇ ਨੇ ਮੰਨਤ ਆਪਾਂ ਨੂੰ 200 ਦੇ ਕਿੰਨੇ ਮਿਲ ਗਏ ਬਾਬੇ ਆਪਾਂ ਨੂੰ 378 378 ਮਿਲ ਗਏ $200 ਦੇ ਮੰਨਤ ਮੰਨ ਕੇ ਚੱਲੋ ਇੱਕ ਦੇ $100 ਦੇ 167 ਹੈ ਨਾ 169 ਅਤੇ ਆਹ ਮਨੀ ਐਕਸਚੇਂਜ ਵਾਲਾ ਬਾਬੇ ਇੱਥੇ ਬੈਠਾ ਇੱਥੇ ਆਪਣੇ ਜਿਹੜਾ ਤੁਸੀਂ ਹੋਟਲ ਬੁੱਕ ਕਰੋਗੇ ਜਿਹੜਾ ਆਪਣਾ ਹੋਟਲ ਮਾਰਕ ਹੋਟਲ ਦੇ ਜਮ੍ਹਾਂ ਨੇੜੇ ਆ ਅਤੇ ਹਾਂ ਆਹ ਰੇਟ ਚੱਲ ਰਹੇ ਨੇ ਇੱਥੋਂ ਦੇ ਠੀਕ ਹੈ ਆਹ ਦੇਖੋ USD ਦੇ ਹੈਗੇ ਨੇ ਬਾਬੇ ਉਹ 169 ਮੰਨਤ ਯੂਰੋ ਦੇ ਹੈਗੇ ਨੇ 167 ਮੰਨਤ GBP ਕਿਹੜਾ ਆ ਗਿਆ ਬਾਬੇ ਆ ਇਹ ਪਤਾ ਨਹੀਂ ਕਿਹੜਾ ਇਹਦੇ ਹੈਗੇ ਨੇ 1900 ਭੁੱਲ ਗਿਆ ਮੈਂ ਯਾਰ ਆਹ ਕਿਹੜਾ GBP ਯੂਰੋ ਇਹ ਪਤਾ ਨਹੀਂ ਕਿਹੜਾ ਨਾ ਇਹ ਰੂਪਲ ਹੈ ਠੀਕ ਹੈ ਅਤੇ ਬਾਬੇ ਉਹ ਇਹ ਆ ਗਈ ਸੀ ਅਤੇ ਮਹਿੰਗਾਈ ਦੀ ਗੱਲਬਾਤ ਤੁਹਾਨੂੰ ਮਿਲ ਕੇ ਦੱਸਾਂਗੇ ਅਤੇ ਬਾਬੇ ਇੱਕ ਗੱਲਬਾਤ ਤੁਹਾਨੂੰ ਹੋਰ ਦੱਸ ਦਿੰਦੇ ਹਾਂਗੇ ਅਤੇ ਤੁਹਾਡਾ ਜੇਕਰ ATM ਕਾਰਡ ਹੈਗਾ ਤਾਂ SBI ਦਾ ਬੈਂਕ ਦਾ ਜਾਂ ਕਿਸੇ ਬੈਂਕ ਦਾ ATM ਕਾਰਡ ਹੈਗਾ ਤੁਸੀਂ ਉਹਦੇ ਨਾਲ ਵੀ ਸਵਾਇਪ ਕਰ ਸਕਦੇ ਬਾਬੇ ਤੁਹਾਡਾ ਕਾਰਡ ਬਾਬੇ ਇੰਟਰਨੈਸ਼ਨਲ ਕਰਵਾ ਕੇ ਲੈ ਕੇ ਆਓ ਠੀਕ ਹੈ ਸਾਡੇ ਕੋਲ ਤਾਂ ਡੋਲਰ ਇਸ ਤੋਂ ਡੋਲਰ ਲਏ ਸੀ ਡੋਲਰ ਦੇ ਐਕਸਚੇਂਜ ਕਰਾ ਲੈਂਦੇ ਹਾਂ ਜੇ ਤੁਹਾਡੇ ਕੋਲ ATM ਕਾਰਡ ਹੈਗਾ ਉਹਨੂੰ ਇੰਟਰਨੈਸ਼ਨਲ ਬਾਬੇ ਕਰਕੇ ਲੈ ਕੇ ਆਓ ਤਾਂ ਤੁਸੀਂ ਇੱਥੇ ATM ਤੋਂ ਵੀ ਕਢਵਾ ਸਕਦੇ ਹੋ ਠੀਕ ਹੈ ਉਹਦੇ ਥੋੜ੍ਹੇ ਚਾਰਜਸ ਪੈਂਦੇ ਨੇ ਜਿਵੇਂ ਆਪਣੇ ਇੰਡੀਆ ਦੇ ਹਿਸਾਬ ਨਾਲ 10,000 ਰੁਪਇਆ ਇੰਡੀਆ 10,000 ਰੁਪਇਆ ਇੱਧਰ ਕਢਵਾਉਣਾ ਤਾਂ ਘੱਟੋ ਘੱਟ 200-300 ਜਾਂ 400 ਚਾਰਜਰ ਪੈਂਦਾ ਠੀਕ ਹੈ ਅਤੇ ਬਾਕੀ ਦੀ ਗੱਲਬਾਤ ਤੁਹਾਨੂੰ ਮਹਿੰਗਾਈ ਮੰਗੋਈ ਖਾਣ ਪੀਣ ਉਹ ਅੱਗੇ ਜਾ ਕੇ ਦੱਸਾਂਗੇ ਅਜ਼ਰਬਾਈਜਾਨ ਦੇ ਬਾਰੇ
ਤੇ ਮੇਲਣਾ ਵੀ ਦਿਖਾਵਾਂਗੇ ਤੁਹਾਨੂੰ ਮੈਨੂੰ ਪਤਾ ਤੁਸੀਂ ਮੇਲਣਾ ਦੇਖਣ ਦੇ ਸ਼ਕੀਨ ਉਹ ਵੀ ਦਿਖਾਵਾਂਗੇ ਬਾਬੇ ਉਹ ਰੋਟੀਆਂ ਇੱਦਾਂ ਮਿਲਦੀਆਂ ਨੇ ਰੋਟੀਆਂ ਪੈਕਟਾਂ ਦੇ ਵਿੱਚ ਬੰਦ ਹੁੰਦੀਆਂ ਨੇ ਇਹਨਾਂ ਨੂੰ ਗਰਮ ਕਰਕੇ ਖਾਣੀਆਂ ਪੈਂਦੀਆਂ ਇੱਥੇ ਇੰਗਲਿਸ਼ ਆਉਂਦੀ ਨਹੀਂ ਇਹਨਾਂ ਨੂੰ ਬਾਬੇ ਉਹ ਕੀ ਕਰੀਏ ਹੁਣ ਐਂ ਨਹੀਂ ਪਤਾ ਲੱਗਦਾ ਵੈੱਜ ਕਿਹੜਾ ਨੌਨ ਵੈੱਜ ਕਿਹੜਾ ਰੋਟੀ ਤਾਂ ਖਾਣੀ ਨਹੀਂ ਸੀ ਆਹ ਚੀਜ਼ ਖਾਣੀ ਸੀ ਦੇਖੋ ਬਾਬੇ ਟੋਫੀਆਂ ਟੋਫੀਆਂ ਚਾਰੇ ਪਾਸੇ ਟੋਫੀਆਂ ਹੀ ਟੋਫੀਆਂ 12 ਮੰਨਤ ਦੀਆਂ ਕਿਲੋ ਬਾਬੇ ਕੋਈ 12 ਦੀਆਂ ਕੋਈ 7 ਮੰਨਤ ਦੀਆਂ ਚੌਰੇ ਬਸ ਟੋਫੀਆਂ ਹੀ ਟੋਫੀਆਂ ਬਾਬੇ ਟੋਫੀਆਂ ਹੀ ਟੋਫੀਆਂ ਆ ਜਾ ਬਾਬੇ ਬਾਬੇ ਉਹ ਤਰਕੀ ਨਾਲੋਂ ਕਿਤੇ ਵਧੀਆ ਸਟੋਰ ਆ ਯਾਰ ਬਹੁਤ ਸਮਾਨ ਆ ਬਾਬੇ ਉਹ ਤਰਕੀ ਦਾ ਕੁਛ ਨਹੀਂ ਸੀ ਆਹ ਦੇ ਲਓ ਦਾਰੂਆਂ ਕਿੰਨੀਆਂ ਭਾਂਤੀਆਂ ਪਈਆਂ ਨੇ ਪਾਣੀ ਬਾਬੇ ਬੀਰਾਂ ਬੂਰਾਂ ਬਾਬੇ ਫੁੱਲ ਆ ਬਾਬੇ ਕੋਕਾ ਕੋਲਾ ਵੀ ਕਈ ਭਾਂਤਾ ਇੱਥੇ ਯਾਰ ਨਿੰਬੂ ਵਾਲਾ ਵੀ ਆਉਂਦਾ ਭੈਣ ਚੋਦੇ ਹੈ ਕੋਕਾ ਵਾਲਾ ਜੇ ਬਾਬੇ ਆਹ ਦੇਖੋ ਸੰਦ ਕਿੱਡੇ ਕਿੱਡੇ ਸੰਦ ਨੇ ਕਿੱਡੇ ਕਿੱਡੇ ਸੰਦ ਬਾਬੇ ਉਹ ਇਹ ਆ ਬਾਕੂ ਦੀ ਯੂਨੀਵਰਸਿਟੀ ਆਈ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਨੇ ਬਾਬਿਓ ਗੱਡੀਆਂ ਵਰਨਾ ਵੀ ਬਥੇਰੀਆਂ ਨੇ ਹੈਲੋ 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 ਨਮਸਤੇ ਬਾਬਿਓ ਦੇਖੋ ਬਾਬੇ ਸੁੱਕੇ ਮੇਵੇ ਬਾਬੇ ਭਰੇ ਪਏ ਨੇ ਸੁੱਕੇ ਮੇਵੇ ਬੜਾ ਕੁਛ ਆ ਬਾਬੇ ਖਾਣ ਵਾਲਾ ਤਾਂ ਚਾਰਿਆਂ ਦੀ ਬਾਬੇ ਦੇ ਲਓ ਕਿੰਨੀਆਂ ਕਿਸਮਾਂ ਨੇ 1, 2, 3, 4, 5, 6 ਬਾਬੇ 6 ਕਿਸਮਾਂ ਦੇ ਚਾਰੇ ਨੇ ਇੱਥੇ ਉੱਥੇ ਕਿੰਨੇ ਸੀ ਦਿਖਾਈਏ ਬਾਬੇ ਤੁਹਾਨੂੰ ਅਜਰਬਾਈ ਜਾਣ ਦੇ ਬਾਬੇ ਫਰੂਟ ਬਾਬੇ ਵਾਲੇ ਪਾਂਤੇ ਨੇ ਦਾਖਾਂ ਦੇਖੋ ਬਾਬੇ ਦਾਖਾਂ ਬਾਬੇ ਇੰਨੀਆਂ ਭਾਂਤੀਆਂ ਤਾਂ ਦਾਖਾਂ ਹੀ ਨੇ ਮੋਟੀ ਦਾਖ ਪਤਾ ਨਹੀਂ ਕੀ ਕੁਛ ਆ ਬਾਬੇ ਆਹ ਦੇਖੋ ਬਾਬੇ 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 ਸਾਰੇ ਡਰਾਈ ਫਰੂਟ ਨੇ ਬਾਬੇ ਇੰਨੇ ਭਾਂਤੇ ਡਰਾਈ ਫਰੂਟ ਨੇ ਹੋਣੇ ਆਪਣੇ ਆਹ ਪਤਾ ਨਹੀਂ ਕੀ ਕੁਛ ਆ ਬਾਬੇ ਮਿੱਠੇ ਨੇ ਬਹੁਤ ਅਸੀਂ ਖਾਧੇ ਨੇ ਆਪਾਂ ਮਿਕਸ ਲੈ ਲੈਣਾ ਬਾਬੇ ਅਸੀਂ ਮਿਕਸ ਹੀ ਲੈ ਲਏ ਥੋੜ੍ਹੇ ਜਿਹੇ ਖਾ ਕੇ ਦੇਖਦੇ ਹਾਂ ਬਾਕੀ ਖਾ ਕੇ ਤੁਸੀਂ ਦੇਖਦੇ ਚਾਰੇ ਦੇਖ ਲਓ ਬਾਬੇ ਇੱਕ ਕਿਸਮ ਦੋ ਕਿਸਮ ਤਿੰਨ ਕਿਸਮ ਚਾਰ ਕਿਸਮ ਪੰਜ ਛੇ 7, 8, 9, 10 ਬਾਬੇ ਪਾਲਿਆਂ ਭਾਂਤੇ ਦਾ ਚਾਰੇ ਨੇ ਬਾਬੇ ਇੱਥੇ ਚਾਰੇ ਨੇ ਖਰੋਟ ਬਾਬੇ ਠੀਕ ਹੈ ਖਰੋਟ ਕੇ ਕੀ ਰੇਟ ਸੀ ਬਾਬੇ ਕਿੰਨੇ ਮੰਨਤ ਕਰਦੇ 30 ਮੰਨਤ ਰੁਪਈਏ ਕਿਲੋ ਮੰਨਣਗੇ ਚਲੋ 48 ਰੁਪਈਆ ਦਾ ਇੱਕ ਮੰਨਤ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ ਠੀਕ ਹੈ ਜਿਵੇਂ ਬਦਾਮ ਹੈਗੇ ਨੇ 20 ਮੰਨਤ ਰੁਪਈਏ ਕਿਲੋ 20 ਮੰਨਤ ਦੇ ਕਿੰਨੇ ਬਣੇ ਬਾਬੇ ਕਿਲੋ 20 ਮੰਨਤ ਹਾਂ ਬਦਾਮ ਕਾਜੂ ਬਾਬੇ ਦਾਖਾਂ ਪਿਸਤੇ ਬੜੀਆਂ ਵਰਾਈਟੀਆਂ ਨੇ ਬਾਬੇ ਦੇਖੋ ਕਿੰਨੇ ਆਈਟਮਾਂ ਬਹੁਤ ਆਈਟਮਾਂ ਨੇ ਬਾਬੇ ਸਾਰੀਆਂ ਕਿਵੇਂ ਤੇਰਾ ਬਾਬੇ ਲਿਆ ਬਾਬੇ ਆਪਣੇ ਦਾ ਖਾ ਕੇ ਦੇਖੀ ਮਿਕਸ ਫਰੂਟ ਕੱਢੀ ਮਿਕਸ ਫਰੂਟ ਕੱਢੀ ਹਾਲ ਇੱਥੇ ਥੋੜੇ ਪਹਿਲਾਂ ਲਵੇੜਦੇ ਅੱਜ ਬਾਬੇ ਉਹ ਬਾਬੇ ਉਹ ਅਸੀਂ ਹੁਣ ਹਾਂ ਬਾਕੂ ਦੇ ਵਿੱਚ ਅਜ਼ਰਬਾਈਜਾਨ ਅਸੀਂ ਚੱਲੇ ਹਾਂ ਆਤਿਸ਼ ਕਿੱਥੇ ਫਾਇਰ ਟੈਂਪਲ ਅਤਿਸ਼ਗੜ੍ਹ ਚੱਲੇ ਹਾਂ ਬਾਬੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਸੀ ਮੱਕਾ ਮਦੀਨਾ ਗਏ ਸੀ ਤਾਂ ਉਦੋਂ ਬਾਬੇ ਇੱਥੇ ਵੀ ਆਏ ਸੀ ਅਜ਼ਰਬਾਈਜਾਨ ਠੀਕ ਹੈ ਉੱਥੇ ਇਹਨਾਂ ਦਾ ਸਪੈਸ਼ਲ ਜਿਹੜਾ ਮੂਲ ਮੰਤਰ ਉਹਨਾਂ ਨੇ ਆਪਦੇ ਹੱਥੀ ਲਿਖਿਆ ਹੋਇਆ ਉਹ ਜਗ੍ਹਾ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ ਬਾਕੂ ਵਾਲਿਆਂ ਨੇ ਪੂਰੀ ਵਧੀਆ ਇਹਨਾਂ ਨੇ ਆਪਣਾ ਬਣਾਇਆ ਹੋਇਆ ਉੱਥੇ ਉਹ ਜਾ ਕੇ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਨਹੀਂ ਦੇਖਿਆ ਪਹਿਲੀ ਵਾਰ ਜਾ ਰਹੇ ਹਾਂ ਅਤੇ ਆਪਣੇ ਉੱਥੋਂ 27 ਕਿਲੋਮੀਟਰ ਦੂਰ ਹੈ ਅਸੀਂ ਆਹ ਕਰੀਏ ਕਿ ਬੁੱਕ ਕੈਬ ਕਿੰਨੇ 'ਚ ਹੋ ਗਈ ਬਾਬੇ ਪੰਜ ਮਨਾਥ 'ਚ ਹੋ ਗਈ ਮੰਨ ਕੇ ਚੱਲੋ ਇੰਡੀਆ ਦਾ 48 ਰੁਪਈਆ ਦਾ ਮਨਾਥ ਹੈ ਤੁਸੀਂ ਲਾ ਲਓ ਹਿਸਾਬ ਸਮਝ ਲਓ 2-250 ਰੁਪਏ 'ਚ ਹੋ ਗਈ ਅਤੇ ਤੁਹਾਨੂੰ ਮੈਂ ਦਿਖਾਵਾਂਗੇ ਅਸੀਂ ਚੱਲ ਕੇ ਉੱਥੇ ਸਾਰਾ ਕੁਛ ਉਹਨਾਂ ਦਾ ਲਿਖਤ ਜਿਹੜੀ ਹੈਗੀ ਉਹ ਉਵੇਂ ਸਾਂਭ ਕੇ ਰੱਖੀ ਹੋਈ ਆ ਬਾਬੇ ਉਹ ਤੁਹਾਨੂੰ ਸਪੈਸ਼ਲ ਅੱਜ ਦਿਖਾਉਣ ਚੱਲੇ ਹਾਂ ਬਸ ਥੋੜ੍ਹੇ ਟਾਈਮ ਤੱਕ ਪਹੁੰਚਣ ਵਾਲੇ ਹਾਂ ਅਤੇ ਮੈਂ ਤੁਹਾਨੂੰ ਬਾਹਰਲਾ ਵਿਊ ਦਿਖਾਉਣਾ ਇੱਦਾਂ ਦਾ ਬਾਬੇ ਬਾਕੂ ਇੱਦਾਂ ਦੀਆਂ ਗੱਡੀਆਂ ਨੇ
ਟੋਇਟਾ ਗੱਡੀ ਬਹੁਤ ਹੈ ਇੱਥੇ, ਟੋਇਟਾ ਅਤੇ ਮਰਸਡੀ। ਬਾਕੂ ਦੇ ਵਿੱਚ ਬਾਬਿਓ ਟੈਕਸੀਆਂ ਜਾਂ ਕੈਬ ਬਹੁਤ ਸਸਤੀਆਂ ਪੈਂਦੀਆਂ ਨੇ। ਦੇਖੋ ਹੁਣ ਅਸੀਂ 250 ਦੇ ਵਿੱਚ ਘੱਟੋ ਘੱਟ 27 ਕਿਲੋਮੀਟਰ ਜਾਵਾਂਗੇ। ਇਹੀ ਇੰਡੀਆ ਦੇ ਵਿੱਚ ਬਾਬਿਓ 1,000-2,000 ਲੈਂਦੇ, ਇੱਥੇ ਸਿਰਫ 250 'ਚ। ਬਾਬਿਓ ਉਹ ਜਗ੍ਹਾ 'ਤੇ ਅਸੀਂ ਪਹੁੰਚ ਚੁੱਕੇ ਹਾਂ। ਇੱਥੇ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਸਮੇਂ ਇੱਥੇ ਵੀ ਆਏ ਸੀਗੇ ਅਤੇ ਤੁਹਾਨੂੰ ਸਾਰੀ ਉਹ ਜਗ੍ਹਾ ਦਿਖਾਉਣੇ ਆ। ਚਾਰ ਮਨਾਤ ਲੈਂਦੇ ਨੇ ਬਾਬੇ, ਚਾਰ ਮਨਾਤ ਅਤੇ ਇੱਥੇ ਕਾਫੀ ਚੀਜ਼ਾਂ ਬਣੀਆਂ ਹੋਈਆਂ। ਚਾਰ ਮਨਾਤ ਦੀ ਟਿਕਟ ਹੈ, ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ। ਪਹਿਲੀ ਵਾਰ ਆਏ ਹਾਂ, ਇੱਦਾਂ ਦਾ ਵਿਊ ਹੈ ਸਟਾਰਟਿੰਗ ਦੇ ਵਿੱਚ, ਇੱਦਾਂ ਦੇਖਿਆ ਤੁਸੀਂ। ਚੱਲਦਿਆਂ ਅੱਗੇ ਅੱਗੇ ਤੁਹਾਨੂੰ ਦਿਖਾਉਣਾ ਸਾਰਾ ਕੁਛ। ਉਹ ਸਾਹਮਣੇ ਟਿਕਟਾਂ ਮਿਲਣਗੀਆਂ। ਬਾਬਿਓ ਪਹੁੰਚ ਚੁੱਕੇ ਹਾਂ ਕਾਸਾ। ਤੁਹਾਨੂੰ ਲੱਗਦਾ ਹੋਊ ਇਹ ਗੁਰੂ ਘਰ ਹੈ, ਗੁਰੂ ਘਰ ਨਹੀਂ ਹੈਗਾ ਬਾਬਿਓ, ਇਹਨਾਂ ਨੇ ਸਪੈਸ਼ਲ ਕੋਈ ਇੱਦਾਂ ਦਾ ਮਿਊਜ਼ੀਅਮ ਹੀ ਬਣਾਇਆ ਹੋਇਆ ਹੈਗਾ ਅਤੇ ਇੱਥੋਂ ਟਿਕਟ ਮਿਲਦੀ ਆ। ਗੋਰੇ ਗੋਰੀਆਂ ਬਹੁਤ ਇੱਥੇ ਆਉਂਦੇ ਨੇ ਅਤੇ ਸਾਨੂੰ ਪਤਾ ਨਹੀਂ ਹੁਣ ਅੱਗੇ ਕਿੱਥੇ ਜਾਣਾ। ਦੇਖਦੇ ਹਾਂ ਟਿਕਟ, ਟਿਕਟ ਲੈ ਬਾਬੇ, ਫਿਰ ਤਾਂ ਟਿਕਟ ਲੈਂਦੇ ਹਾਂ ਬਾਬਿਓ। ਪੂਰੀ ਸਫਾਈ ਚੱਲਦੀ ਆ, ਬਹੁਤ ਸੋਹਣਾ ਬਣਾਇਆ ਹੋਇਆ ਬਾਬਿਓ ਵਿਊ ਦੇਖੋ। ਇੱਥੋਂ ਟਿਕਟ ਮਿਲੂਗੀ, ਬਾਬੇ ਉਹ ਕਰੰਟ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਅਤੇ ਬਹੁਤੇ ਬੰਦੇ ਨੂੰ ਇੱਦਾਂ ਹੋਣਾ ਕਿ ਇੱਥੇ ਗੁਰੂ ਘਰ ਬਣੇ ਹੋਣਾ, ਬਟ ਨਹੀਂ ਬਾਬੇ, ਇੱਥੇ ਮਿਊਜ਼ੀਅਮ ਬਣਾਇਆ ਹੋਇਆ ਇਹਨਾਂ ਦਾ ਕਾਸਾ। ਇੱਥੇ ਟਿਕਟ ਮਿਲਦੀ ਹੈ ਚਾਰ ਮਨਾਤ ਦੀ, ਟਿਕਟ ਲੈ ਕੇ ਤੁਸੀਂ ਜਾ ਸਕਦੇ ਹੋ ਅੱਗੇ ਕਈ ਲੋਕੇਸ਼ਨਾਂ ਨੇ ਜਿਵੇਂ ਕਾਸਾ ਅਤੇ ਟਿਕਟ ਔਫਿਸ ਹੈ, ਅਤਿਸ਼ਗਾਹ ਟੈਂਪਲ, ਇੱਧਰ ਟੈਂਪਲ ਬਣਿਆ ਹੋਇਆ ਆਪਣਾ, ਅਤੇ ਆਹ ਵੀ ਪਤਾ ਨਹੀਂ ਕਈ ਕਈ ਲੋਕੇਸ਼ਨਾਂ ਨੇ, ਬਾਕੀ ਮੈਨੂੰ ਇੰਗਲਿਸ਼ ਤੁਹਾਨੂੰ ਪਤਾ ਹੀ ਹੈ, ਘੱਟ ਹੀ ਹੁੰਦੇ ਤੁਹਾਨੂੰ ਯਾਰ ਨੂੰ, ਆਪੇ ਪੜ੍ਹ ਲਓ। ਠੀਕ ਹੈ, ਚੱਲੀਏ ਬਾਬੇ। ਕਲੋਜ਼ ਹੈ ਇੱਥੇ, ਉੱਥੋਂ ਘੁੰਮ ਕੇ ਜਾਣਾ, ਮਤਲਬ ਸਿੱਧਾ ਕੀ ਕਰਨਾ ਜਾ ਕੇ ਨਾਲੇ ਨਵੀਂ ਚੀਜ਼ ਦਿਖਾ। ਠੀਕ ਹੈ, ਪਹੁੰਚ ਚੁੱਕੇ ਹਾਂ ਬਾਬਿਓ। ਆਹ ਲਿਖਿਆ ਹੋਇਆ ਕੁਛ, ਇਹ ਕਹਿੰਦੇ ਸੰਸਕ੍ਰਿਤ ਭਾਸ਼ਾ 'ਚ ਲਿਖਿਆ ਹੋਇਆ। ਸੰਸਕ੍ਰਿਤ ਮੈਨੂੰ ਆਉਂਦੀ ਨਹੀਂ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਆਉਂਦਾ, ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਪੂਰੀ। ਚੱਲ ਬਾਬੇ, ਇਹ ਟਿਕਟ ਦਿਖਾਉਣੀ ਪੈਂਦੀ ਅੱਗੇ। ਥੈਂਕ ਯੂ ਬਾਬੇ। ਆਹ ਦੇਖੋ ਬਾਬੇ, ਬਾਬੇ ਅਸਲ ਤਾਂ ਇਹ ਬੰਦੇ ਆ ਗਾਈਡ ਹੀ ਦੱਸ ਸਕਦੇ ਨੇ ਆਪਾਂ ਨੂੰ, ਬਾਬੇ ਇਹਦੇ ਬਾਰੇ ਆਪਾਂ ਨੂੰ ਤਾਂ ਕੀ ਪਤਾ ਹੋਣਾ ਹੈ। ਐਂ ਤਾਂ ਚੱਲਦੇ ਬਾਬੇ ਇੱਧਰ। ਸੈਂਚਰੀ ਅਲਤਰ ਜਿਹੜਾ ਇੱਕ ਨੰਬਰ ਹੈ ਦੀ ਸੈਲ ਸੈਂਟਰਲ ਅਲਤਰ, ਲਓ ਬਾਬੇ ਉਹ ਇਹ ਜਗ੍ਹਾ ਬਣੀ ਹੋਈ ਆ, ਬਹੁਤ ਹੀ ਪੁਰਾਣੀ ਜਗ੍ਹਾ ਗੀ ਅਤੇ ਮਿਸਾਲ ਚੱਲਦੀ ਰਹਿੰਦੀ ਹੈ। ਕਹਿੰਦੇ ਪਤਾ ਨਹੀਂ, ਇਹ ਤਾਂ ਕਹਿੰਦੇ ਨੇ ਕਿ ਵੀ ਇੱਦਾਂ ਹੀ ਚੱਲਦੀ ਰਹਿੰਦੀ ਹੈ 12 ਮਹੀਨੇ 30 ਦਿਨ, ਇਹ ਬੁੱਝਦੀ ਨਹੀਂ ਕਦੇ ਵੀ, ਇਹ ਮਿਸਾਲ ਆ ਇੱਥੇ। ਇਹ ਪੱਥਰ ਪਏ ਨੇ, ਪੱਥਰਾਂ ਦੇ ਵਿੱਚ ਚੱਲਦੀ ਹੈ ਇਹ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਆ। ਠੀਕ ਹੈ, ਅਤੇ ਇਹ ਜਿਹੜਾ ਹੈਗੀ ਜਗ੍ਹਾ ਸਾਰੀ ਬਹੁਤ ਪੁਰਾਣੀ ਹੈ, ਕਿਉਂਕਿ ਇਹਨਾਂ ਨੇ ਕੁਛ ਨਹੀਂ ਚੇਂਜ ਕੀਤਾ। ਜ਼ਿਆਦਾਤਰ ਜਿਹੜੀ ਥੱਲੇ ਵਾਲੀ ਪੱਥਰ ਪੁੱਥਰ ਜਿਹੜੇ ਰੱਖੇ ਹੋਏ ਨੇ ਸਾਰੇ ਸੇਮ ਉੱਦਾਂ ਹੀ ਰੱਖੇ ਹੋਏ ਨੇ ਇਹਨਾਂ ਨੇ ਸਾਂਭ ਕੇ। ਠੀਕ ਹੈ, ਅਤੇ ਇੱਥੇ ਮੈਂ ਅੰਗਰੇਜ਼ਾਂ ਤੋਂ ਪੁੱਛਿਆ, ਇਹਨਾਂ ਨੇ ਗੱਲਬਾਤ ਕਰੀ ਅਤੇ ਇਹਨਾਂ ਨੇ ਜਿੰਨਾ ਕੁ ਦੱਸਿਆ ਵਿਚਾਰਿਆਂ ਨੇ, ਅਤੇ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸੀ ਇਹ ਰੂਮ ਦੇ ਵਿੱਚ, ਆਹ ਰੂਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੁਕੇ ਸੀ। ਆਹ ਦੇਖੋ ਪੰਜਾਬੀ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਆਪਣਾ, ਇਹ ਮੂਲ ਮੰਤਰ ਲਿਖਿਆ ਹੋਇਆ, ਇੱਥੇ ਗੁਰੂ ਨਾਨਕ ਦੇਵ ਜੀ ਲਿਖੇ ਰੁਕੇ ਸੀਗੇ। ਅਤੇ ਇੱਕ ਜਗ੍ਹਾ ਹੋਰ ਹੈ, ਪਹਿਲਾਂ ਮੈਂ ਤੁਹਾਨੂੰ ਹੋਰ ਜਗ੍ਹਾ ਦਿਖਾਉਣਾ ਜਿੱਥੇ ਆਪਣੀ ਪੰਜਾਬੀ ਭਾਸ਼ਾ ਗੁਰਮੁਖੀ ਭਾਸ਼ਾ ਲਿਖੀ ਹੋਈ ਆ, ਅਤੇ ਇੱਕ ਆ ਉਰੇ ਲਿਖੀ ਹੋਈ ਹੈ। ਇੱਕ ਇਹ ਆ ਪੰਜਾਬੀ 'ਚ ਮੂਲ ਮੰਤਰ, ਅਤੇ ਇਹਦੇ ਅੰਦਰ
ये तस्वीर लगी हुई है एक ते सामने गणेश जी की फोटो लगी हुई है ते नीचे आ ये समझ बाहर है बापे अपनी इंग्लिश घट आ नहीं तो इतने पूछ के दस दें सू ठीक है ते व्यू किदा किदा देने सू सारे दिखा ये किसी होर धर्म का इतिहास है किसी का इधर लेता शायद पहुंचे साढ़े पांच सौ साल सारा कुछ लिखा अपना सिख इतिहास का पढ़ भी सकते तो स्क्रीनशॉट भी ले सकते हो बड़ा कुछ है इतने बाबा बड़ा पुराना इतिहास है सामभ के रखा हुआ अलग अलग चीज़ा ने पुरानी चीज़ा ने जो कि बहुत पुरानी ने पुरानी बिल्डिंग बाबे बनाई हुई सारे कुछ तो यह बाबे ड्रैस है ड्रैस किसी सैनिक की सामभ के रखी है कोई मेन होना लिखे भी है प्रणाम अगे चलते कई दरवाजे बंद किए हुए इन्होंने अलग अलग भाषा लिखी हुई है पुरानी ये मैं हिंदी लग रही है शायद हिंदी पता नहीं हिंदी है पता नहीं संस्कृत है ये लॉकड़ है ये भी बंद जिंदा लगे हुआ उधर भी जिंदा लगे हुआ तो इधर देखते हैं अगले ये भी जिंदा लगे हुआ So I've told you guys this example for India. That's why you can see tablet choose the language. In Indian language, this is an old Sanskrit language. Baba India language likhi hai sare kithe Sanskrit di India language. Oh likhi hai. Sare. Te ये बाबे देखो ड्रेस सामभ के रखी हुई है ये नहीं पता मैंने की चीज़ है ये तुम पढ़ सकते हो क्योंकि अच्छे थोड़े यार इन्नी इंग्लिश आती नहीं हैगी बहुत पुरानी ड्रेसा ने इंडियन रिलीजन बहुत है बाबे इतने इंडियन बाबे इतने बहुत सारे रिलीजन ने बहुत सारे धर्म ने हिंदू सिख मुस्लिम कई धर्मां दे कई भाषा लिखी ज़्यादातर इत्थे संस्कृत ते गुरमुखी पंजाबी ते हिंदी भाषा लिखी हुई दिखती है ते अंदर बाबे ओ जिहड़े फोटो ने उस नूं मैं दिखा रहा बार बार फिर दिखाउणा तुहानूं मैं रिपीट करके चलो बाबे तुहानूं इधर लेके चलदा हुण दिखाउणे आ तुहानूं ये हिंदू धर्म है बाबे हिंदू धर्म रिलेटेड है दो देखो लंबा इतिहास है बाबे तुसी पढ़ सकते हो सुनो मैं पढ़ के सुना सकता है हिंदुइज्म आप पढ़ लो बाबे इंग्लिश ठीक है नेक्स्ट चलिए नेक्स्ट चलते नेक्स्ट आ भी इतने कुछ है पढ़ सकते हो देखो बाबे संगल नाल बनया हुआ बंदा ठीक है पुराने टाइम इधर उधर कुछ होता होना इतने एक आ बंदा बैठा कुछ शायद दवाई बना रहा कोई तो आ पुराने बर्तन बहुत पुराने बर्तन जो सामभ के रखे हुए हैं फिर रिपीट करदा उस जगह के गुरु नानक देव जी आए थे वह जगह बंद पई है इन्होंने पता नहीं लॉक क्यों ला रखे इतने गुरु नानक देव जी रुके से
ਕੁਝ ਕਿਹਾ ਚੀਜ਼ਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਉਹ ਪੁਰਾਣਾ ਸੰਦੂਕ ਅਤੇ ਪੁਰਾਣੀਆਂ ਢੋਲਕੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਸਾਰਾ ਕੁਛ ਅਤੇ ਆਹ ਦੇਖੋ ਬਹੁਤ ਪੁਰਾਣੇ ਆ ਸਾਂਭ ਕੇ ਰੱਖੇ ਹੋਏ ਨੇ ਆਹ ਗਧਾ ਖੜਾ ਗਧੇ ਨੂੰ ਕੱਖ ਕੁੱਖ ਪਾ ਰਿਹਾ ਸ਼ਾਇਦ ਇੱਕ ਘੋੜਾ ਇਹ ਘੋੜਾ ਬਾਬੇ ਡੁਪਲੀਕੇਟ ਬਣਾ ਕੇ ਇਹਨਾਂ ਨੇ ਖੜਾਇਆ ਹੋਇਆ ਬਿਲਕੁਲ ਜਮੀ ਜੈਨੂਨ ਘੋੜਾ ਲੱਗਦਾ ਨਾ ਅਤੇ ਆਹ ਗਧਾ ਜਮੀ ਅਸਲੀ ਗਧਾ ਲੱਗਦਾ ਉਵੇਂ ਕਾ ਪਾ ਕੇ ਉਵੇਂ ਬੰਦਾ ਖੜਾ ਕੇ ਬਹੁਤ ਸੋਹਣਾ ਵਿਊ ਦਿਖਾਇਆ ਲਾਸਟ ਏ ਰਹਿ ਚੁੱਕੀ ਹੈ ਲੋਕੇਸ਼ਨ ਅਤੇ ਦੇਖੋ ਬਾਬੇ ਇੱਦਾਂ ਲੋਕੇਸ਼ਨ ਹੈ ਇਹ ਵੀ ਪੁਰਾਣਾ ਇਤਿਹਾਸ ਹੈ ਸ਼ਾਇਦ ਚਲੋ ਠੀਕ ਆ ਬਾਬੇ ਉਹ ਹੁਣ ਚੱਲਿਆ ਵਾਪਸ ਅਜਰਬਾਈ ਜਾਣ ਦੀ ਹੋਰ ਲੋਕੇਸ਼ਨਾਂ ਦਿਖਾਉਣੇ ਤੁਹਾਨੂੰ ਇਹ ਤੁਸੀਂ ਸਾਰੀ ਲੋਕੇਸ਼ਨ ਦੇਖ ਲਈ ਬਿਲਕੁਲ ਪੁਰਾਣੀ ਬਣੀ ਹੋਈ ਆ ਬਹੁਤ ਪੁਰਾਣੀ ਜਗ੍ਹਾ ਬਹੁਤ ਖੂਬਸੂਰਤ ਜਗ੍ਹਾ ਇਹ ਆ ਬਾਬਿਓ ਪੁਰਾਣਾ ਚੁਬਾਰਾ ਅਤੇ ਹੁਣ ਅਸੀਂ ਚੱਲੇ ਹਾਂ ਵਾਪਸ ਇਹ ਆ ਬਾਬੇ ਬਾਕੂ ਸ਼ਹਿਰ ਜਿਵੇਂ ਇੰਡੀਆ ਦੀ ਰਾਜਧਾਨੀ ਦਿੱਲੀ ਹੈ ਉੱਦਾਂ ਹੀ ਬਾਬੇ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਹੈ ਬਾਕੂ ਬਹੁਤ ਸੋਹਣਾ ਸ਼ਹਿਰ ਹੈ ਸਫਾਈ ਬਹੁਤ ਹੈ ਦਿੱਲੀ ਨਾਲੋਂ ਕਿਤੇ ਜ਼ਿਆਦਾ ਸਫਾਈ ਹੈ ਅਤੇ ਬਾਕੀ ਗੱਲਬਾਤ 1700 ਰੁਪਏ ਦਾ ਤੁਹਾਡਾ ਔਨ ਟਰੈਵਲ ਵੀਜ਼ਾ ਮਿਲ ਜਾਂਦਾ ਇਹ ਕੰਟਰੀ ਦਾ ਅਤੇ ਕੰਮ ਕਾਰ ਇੱਥੇ ਹੈ ਨਹੀਂ ਜੇ ਤੁਸੀਂ ਕਹੋ ਵੀ ਇੱਥੇ ਕੰਮ ਕਾਰ ਕਰ ਲਵਾਂਗੇ ਇੱਥੇ ਕੋਈ ਕੰਮ ਕਾਰ ਨਹੀਂ ਇੱਥੇ ਦੇ ਲੋਕ ਤਾਂ ਭੁੱਖੇ ਮਰਦੇ ਨੇ ਮੇਰੇ ਸਾਲੇ ਅਜ਼ਰਬਾਈਜਾਨ ਵਾਲੇ ਆਪਣੇ ਇੰਡੀਅਨ ਤੋਂ ਬੀੜੀਆਂ ਮੰਗ ਮੰਗ ਸਿਗਟਾਂ ਮੰਗ ਮੰਗ ਪੀਂਦੇ ਨੇ ਐਡੀ ਗੱਲਬਾਤ ਨਹੀਂ ਹੈਗੀ ਇੱਥੇ ਬਸ ਹਾਂ ਵੀ ਘੁੰਮਣ ਲਈ ਵਧੀਆ ਮੇਲਣਾ ਸੋਹਣੀਆਂ ਨੇ ਇੱਥੋਂ ਦੀਆਂ ਤੁਹਾਡਾ ਜੀ ਲਵਾਦਾ ਨਹੀਂ ਰੰਨਾ ਵਾਲੀਆਂ ਗਾਡਰ ਗਾਡਰ ਨੇ ਠੀਕ ਹੈ ਅਤੇ ਬਿਲਡਿੰਗਾਂ ਐਂ ਉੱਚੀਆਂ ਉੱਚੀਆਂ ਨੇ ਅਤੇ ਗੱਡੀਆਂ ਟੋਇਟਾ ਦੀਆਂ ਜ਼ਿਆਦਾਤਰ ਹਾਈਬ੍ਰਿਡ ਗੱਡੀਆਂ ਨੇ ਅਤੇ ਇਹਨਾਂ ਦੀ ਐਵਰੇਜ ਬਹੁਤ ਹੈ ਇਸ ਕਰਕੇ ਬਾਬੇ ਉਹ ਸਸਤੀਆਂ ਪੈਂਦੀਆਂ ਨੇ ਇਹ ਆ ਬਾਬੇ ਅਜ਼ਰਬਾਈਜਾਨ ਬਾਕੂ ਦੀ ਨਿਜ਼ਾਮੀ ਸਟਰੀਟ ਜਿੱਦਾਂ ਕਿ ਆਪਣਾ ਸ਼ਿਮਲੇ ਮਾਲ ਰੋਡ ਹੁੰਦਾ ਚੰਡੀਗੜ੍ਹ 17 ਸੈਕਟਰ ਹੁੰਦਾ ਅਤੇ ਮੋਹਾਲੀ 7 ਫੇਸ ਹੁੰਦਾ ਉੱਦਾਂ ਬਾਬੇ ਇਹ ਨਿਜ਼ਾਮੀ ਸਟਰੀਟ ਹੈ ਜਿਹੜੀ ਕਿ ਤੁਹਾਨੂੰ ਦਿਖਾਉਣੇ ਆ ਮਾਹੌਲ ਇੱਥੇ ਬੜਾ ਗਰਮ ਰਹਿੰਦਾ ਦਿਖਾਉਣੇ ਬਾਬੇ ਤੁਹਾਨੂੰ ਸਾਰਾ ਕੁਛ ਬੈੱਡ ਮੇਲਣਾ ਪਟੋਲਾ ਖੱਬੀ ਖਾਣ ਰੰਨਾ ਬਾਕੂ ਦੀਆਂ ਅੱਖਾਂ ਨਾਲ ਮਟੱਕਾ ਕਰਦੀਆਂ ਹੋਈਆਂ ਮੁਸਕਰਾਉਂਦੀਆਂ ਹੋਈਆਂ ਹੱਸਦੀਆਂ ਹੋਈਆਂ ਸਭ ਤਰ੍ਹਾਂ ਦੀਆਂ ਦਿਖਾਵਾਂ ਤੁਹਾਨੂੰ ਚੱਲੀ ਆਓ ਚੱਲੀ ਆਓ ਚੱਲੀ ਆਓ ਥੋੜ੍ਹਾ ਮੇਲਣਾ ਦੇ ਵਿੱਚ ਵੜਨਾ ਬਹੁਤ ਮੇਰੇ ਯਾਰ ਬੇਲੀ ਮੈਨੂੰ ਪਤਾ ਹੈ ਮੇਲਣਾ ਨੇੜੇ ਤੋਂ ਦੇਖਣੇ ਚਾਹੁੰਦੇ ਨੇ ਮੈਨੂੰ ਸਾਰਾ ਪਤਾ ਇਹਨਾਂ ਦਾ ਭੈਣ ਚੋਦਾਂ ਦਾ ਇਹ ਬੜੇ ਲੋਚੇ ਨੇ ਇਹ ਕਹਿੰਦੇ ਨੇ ਵੀ ਸਾਨੂੰ ਅਜ਼ਰਬਾਈ ਜਾਣਦੇ ਮੇਲਣਾ ਥੋੜ੍ਹੀਆਂ ਨੇੜੇ ਤੋਂ ਦਿਖਾ ਅਤੇ ਮੈਂ ਹੁਣ ਵਿੱਚ ਵੱਜੂੰਗਾ ਜਾ ਕੇ ਅਤੇ ਵਿੱਚ ਵੱਜਣ ਦੀ ਕੋਸ਼ਿਸ਼ ਕਰੂੰਗਾ ਅਤੇ ਬਾਬੇ ਉਹ ਬਸ 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 ਦੇਖੀ ਚੱਲਿਓ ਦੇਖੀ ਚੱਲਿਓ ਦੇਖੀ ਚੱਲਿਓ ਹੁਣ ਦੇਖੀ ਚੱਲਿਓ ਕਿੱਥੇ ਅੱਛਾ 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 ਜਮੀ ਨੇੜੇ ਬਾਬੇ ਉਹ ਦੇਖੋ ਕਿਸੇ ਵੀ ਦੁਕਾਨ ਦੇ ਅੱਗੇ ਤੁਹਾਨੂੰ ਸਟਰ ਨਹੀਂ ਦੇਖਣ ਨੂੰ ਮਿਲੂਗਾ ਇੱਦਾਂ ਹੀ ਗਲਾਸ ਹੋਣਗੀਆਂ ਗਲਾਸ ਹੋਊਗਾ ਲੱਗਿਆ ਹੋਇਆ ਅੱਗੇ ਬਸ ਗਲਾਸ ਨਾਲ ਹੀ ਬੰਦ ਹੁੰਦੇ ਆ ਠੀਕ ਹੈ ਇੱਦਾਂ ਹੀ ਲੋਕ ਲਾ ਕੇ ਰਾਤ ਨੂੰ ਤੁਸੀਂ 3 ਵਜੇ 4 ਵਜੇ ਜੋ ਲਾਈਟਾਂ ਜ਼ਰੂਰ ਲੱਗੀਆਂ ਹੋਣਗੀਆਂ ਅੰਦਰ ਇੱਦਾਂ ਹੀ ਅਤੇ ਲੋਕ ਲੱਗਿਆ ਹੋਊਗਾ ਮੰਨ ਕੇ ਚਲੋ ਸਟਰ ਨਹੀਂ ਲੱਗਿਆ ਹੈਗਾ ਇਹਨਾਂ ਦੇ ਗਲਾਸ ਇੱਦਾਂ ਹੀ ਰਹਿੰਦੇ ਨੇ ਆਪਣੇ ਤਾਂ ਭੈਣ ਚੋਦ ਉਹਦੀ ਮਾਰ ਕੇ ਇੱਟ ਸਾਰਾ ਕੁਛ ਭੰਨ ਕੇ ਲੈ ਜਾਣ ਕੱਢ ਕੇ ਪਰ ਇੱਥੇ ਬਾਬੇ ਚੋਰੀ ਚਾਰੀ ਵਾਲਾ ਨਾਮ ਤਾਂ ਬਿਲਕੁਲ ਹੀ ਨਹੀਂ ਹੈਗਾ ਠੀਕ ਹੈ ਇੱਥੇ ਤੁਸੀਂ ਬੇਝਿਜਕ ਹੋ ਕੇ ਆ ਸਕਦੇ ਹੋ ਔਨ ਟਰੈਵਲ ਵੀਜ਼ਾ 1600-1700 ਦਾ ਇੰਡੀਆ ਦੇ ਜਲਦੀ ਮਿਲ ਜਾਂਦਾ ਹੈ ਬਟ ਜੇ ਤੁਸੀਂ ਆਉਣਾ ਵੀ ਇਹ ਘੱਟੋ ਘੱਟ ਰਹਿਣਾ ਦੁਬਾਰੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਵੀ ਤੁਸੀਂ ਸਪੈਸ਼ਲ ਇੱਕ ਕੰਟਰੀ ਲਈ ਨਾ ਆਇਆ ਕਰੋ ਕਿਉਂਕਿ ਇੱਕ ਕੰਟਰੀ ਦਾ ਬਜਟ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਤੁਸੀਂ ਜ਼ਿਆਦਾਤਰ ਘੱਟੋ ਘੱਟ 3-4 ਕੰਟਰੀਆਂ ਦਾ ਟ੍ਰਿਪ ਕੱਢਿਆ ਕਰੋ ਇੱਕ ਕੰਟਰੀ ਦਾ ਮਹਿੰਗਾ ਪੈਂਦਾ ਜਿਵੇਂ ਕਿ ਹੁਣ ਅਸੀਂ ਕੱਢਿਆ ਗਾ ਤੁਰਕੀ ਅਜ਼ਰਬਾਈਜਾਨ ਅਤੇ ਇਸ ਤੋਂ ਬਾਅਦ ਜਾਣਾ ਦੁਬਈ 3 ਕੰਟਰੀ ਦੀਆਂ ਫਲਾਈਟ ਵੀ ਸਹੀ ਪੈ ਜਾਂਦੀਆਂ ਨੇ ਜਿਵੇਂ ਹੁਣ ਸਾਨੂੰ 3 ਦਾ ਖਰਚਾ ਮੰਨ ਕੇ ਚਲੋ 1,70,000 ਮੰਨ ਕੇ ਚੱਲੋ 15-16 1,50,000-70,000 ਦੇ ਵਿੱਚ ਜੇ ਤੁਸੀਂ ਇੱਕ ਕੰਟਰੀ ਕੱਢਣੀ ਤਾਂ ਉਹਦਾ ਜ਼ਿਆਦਾ ਖਰਚਾ ਪੈ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਸਾਰੀਆਂ 3-3 ਕੰਟਰੀਆਂ ਕੱਢ ਕੇ ਆਉਂਦਾ ਰਿਹਾ ਜਿਵੇਂ ਤੁਸੀਂ ਸਿੰਗਾਪੁਰ ਦਾ ਪਲੈਨ ਬਣਾਉਣੇ ਹੋ ਸਿੰਗਾਪੁਰ ਮਲੇਸ਼ੀਆ ਇੰਡੋਨੇਸ਼ੀਆ
15 ਦਿਨ ਟ੍ਰਿਪ ਰੱਖੋ, ਤਿੰਨੇ ਕੰਟਰੀਆਂ ਕਲੀਅਰ ਕਰ ਦਿਓ। ਉਸ ਤੋਂ ਬਾਅਦ ਥਾਈਲੈਂਡ, ਕੰਬੋਡੀਆ, ਵੀਅਤਨਾਮ, ਤਿੰਨੇ ਕੰਟਰੀਆਂ ਇਹਨਾਂ ਦਾ ਕਲੀਅਰ ਕਰ ਦਿਓ। ਜੇ ਤੁਹਾਡਾ ਦੁਬਈ ਦਾ ਵੀਜ਼ਾ ਲੱਗਦਾ ਨਾ ਤਾਂ ਨਾਲ ਓਮਾਨ, ਇਜਿਪਟ ਉਹ ਕਲੀਅਰ ਕਰ ਲਓ। ਇੱਦਾਂ ਦਾ ਤਿੰਨ ਤਿੰਨ ਕੰਟਰੀਆਂ ਕਲੀਅਰ ਕਰ ਲਓ ਅਤੇ ਵਿਊ ਬਾਬੇ ਉੱਥੇ ਦਾ ਬਹੁਤ ਸੋਹਣਾ ਹੈਗਾ, ਦੇਖ ਲਓ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ, ਰੌਣਕ ਮੇਲਾ ਲੱਗਿਆ। ਹੈ ਇਹ ਆ ਬਾਬੇ ਨਿਜ਼ਾਮੀ ਸਟਰੀਟ।